ਬਾਬੀ ਬੱਚੇ ਬੁੱਚੇ ਨਹੀਂ ਗਏ ਤੁਹਾਡੇ? ਲੜਕੀਆਂ ਚਾਰ ਮਾਤਾ ਜੀ, ਚਾਰ ਲੜਕੀਆਂ। ਕਿੰਨੇ ਪੈਸੇ ਕਮਾਏ ਸਵੇਰ ਦੇ? ਕੋਈ ਨੀ, ਮਾਤਾ ਸਵੇਰ ਦੇ ਬੈਠੇ 8 ਵਜੇ ਆਏ ਆ, ਕਹਿੰਦੇ ਪੁੱਛਿਆ ਨੀ ਕਿਸੇ ਨੇ ਪੈਸੇ ਨੀ ਦਿੱਤੇ, ਕੋਈ ਸਵਾਰੀ ਨੀ ਬੈਠੀ? ਨਹੀਂ, ਕੋਈ ਨਾ ਬੈਠਾ। ਸਵਾਰੀ ਕਿਉਂ ਨੀ ਬਿੰਦੀ? ਮਾਤਾ ਟੁੱਟਾ ਹੈਗਾ ਸਾਰਾ, ਵੇਖੋ ਸਾਰਾ ਟੁੱਟਾ, ਆਹ ਵੀ ਟੁੱਟਾ, ਟੱਪ ਵੀ ਟੁੱਟਾ, ਆਹ ਚੱਕੇ ਟੁੱਟੇ ਆ। ਬਾਜੀ ਅਸੀਂ ਕੋਸ਼ਿਸ਼ ਕਰਦੇ ਤੁਹਾਨੂੰ ਜਿਹੜਾ ਰਿਕਸ਼ਾ ਨਵਾਂ ਦਵਾ ਦਈਏ, ਠੀਕ ਹੈ? ਬਾਕੀ ਤੁਹਾਡਾ ਮੈਸੇਜ ਸੰਗਤ ਤੱਕ ਜਿਹੜਾ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਧਰਤੀ ਤਨੁ ਹੋਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਮਾਤਾ ਤੁਸੀਂ ਮੇਰੀ ਇੰਨੀ ਸੇਵਾ ਕੀਤੀ, ਮੇਰੇ ਰਿਕਸ਼ਾ ਨਵਾਂ ਲੈ ਕੇ ਦਿੱਤਾ। ਤੁਹਾਨੂੰ ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਬਹੁਤ ਬਹੁਤ ਕਮਾਈਆ ਤੁਹਾਡੇ ਵਧਿਆ ਪਾਠਕਾਰ ਪਾਵੇ ਤੇ ਗਾਂ ਦੀ ਸੇਵਾ ਕਰੋ ਮਾਤਾ, ਗਰੀਬਾਂ ਦੀ ਸੇਵਾ ਕਰਦੇ ਹੋ ਤੇ ਮਾਤਾ ਤੁਹਾਨੂੰ ਇਹ ਤੋਂ ਜ਼ਿਆਦਾ ਦੂਰਾਂ ਦੇਵੇ ਜੀ। ਰਿਕਸ਼ਾ ਟੁੱਟਾ ਸੀ, ਇਹਨਾਂ ਮੇਰੀ ਹਾਲਤ ਵੇਖ ਕੇ ਮੈਨੂੰ ਰਿਕਸ਼ਾ ਨਵਾਂ ਲੈ ਦਿੱਤਾ, ਮੇਰੀਆਂ ਚਾਰ ਲੜਕੀਆਂ ਸੀ, ਚਲੋ ਮੈਂ ਆਪਣੇ ਲੜਕੀਆਂ ਨੂੰ ਫੋੜਕਾ ਪਾਣੀ ਖੜੂੰਗਾ ਤੇ ਇੱਥੇ ਸਿਖਾਊਂਗਾ, ਇਹਨਾਂ ਦਾ ਧੰਨਵਾਦ ਹੋਊਗਾ ਮਾਤਾ, ਇਹਨਾਂ ਸੀਸਾਂ ਦਊਂਗਾ ਵੀ ਮਾਤਾ ਤੁਹਾਨੂੰ ਬੱਲੇ ਬੱਲੇ ਹੋਵੇ। ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਸਾਹਿਬ ਜੀ, ਇਹਨਾਂ ਦੀ ਕਿਰਪਾ ਹੀ ਕਰਨ ਮਾਤਾ, ਇੰਨਾ ਗੱਲਾਂ ਦੇਣ ਵੀ ਜਿੰਨਾ ਇਹਨਾਂ ਕੋਲ ਸਮਝ ਨਹੀਂ ਆਏ ਮਾਤਾ ਸੱਚੇ ਪਾਤਸ਼ਾਹ। ਜੀ ਸੋਚਿਆ ਸੀ ਕੱਲ ਕਿ ਜਿਸ ਤਰ੍ਹਾਂ ਆਪਾਂ ਤੁਹਾਡੇ ਕੋਲ ਖੜੇ ਆ, ਹਾਂਜੀ, ਲੱਗਦਾ ਸੀ ਆਪਾਂ ਤੁਹਾਡੀ ਹੈਲਪ ਕਰਾਂਗੇ। ਨਹੀਂ ਨਹੀਂ ਮਾਤਾ, ਮੈਂ ਸੋਚਿਆ ਜੀ, ਹਾਂਜੀ, ਮੈਨੂੰ ਕੱਲ ਤੁਹਾਡੇ ਪੈਰ ਤੋਂ ਲੱਗ ਕੇ ਸਿਰ ਤੱਕ ਮਾਤਾ, ਮੈਨੂੰ ਆਪ ਹੀ ਆ ਗਿਆ ਜੀ, ਮੇਰੇ ਹਿਸਾਬ ਖੂਨ ਵੱਧ ਗਿਆ ਸਾਰੇ ਮਾਤਾ, ਤੁਹਾਨੂੰ ਸੱਚੇ ਪਾਤਸ਼ਾਹ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਦੇਵੇ। ਬਾਬਾ ਦੀਪ ਸਿੰਘ ਜੀ ਤੁਹਾਡੇ ਲਈ ਵਰਦਾਨ ਹੀ ਹੋ ਗਿਆ ਹੈ ਨਾ? ਹਾਂਜੀ ਮਾਤਾ ਜੀ, ਵਰਦਾਨ ਕਹਿੰਦਾ ਜੀ, ਕਹਿੰਦੇ ਮਾਂ ਰੋਟੀ ਦਵਾਤੀ ਜਾ ਰਹਾ ਭੁੱਖੇ ਮਰਦੇ ਆ। ਕੁਛ ਨਹੀਂ ਸੀ ਪਤਾ ਨਾ ਪਰਸੋਂ, ਕੁਛ ਨਹੀਂ ਸੀ ਪਤਾ? ਨਹੀਂ ਨਹੀਂ ਪਤਾ, ਨਹੀਂ ਨਹੀਂ ਪਤਾ, ਇਹ ਤੇ ਕ੍ਰਿਸ਼ਮਾ ਹੋ ਗਿਆ। ਹਾਂਜੀ ਮਾਤਾ, ਬਹੁਤ ਬਹੁਤ ਕਿਰਪਾ ਕੀਤੀ ਤੁਸੀਂ ਮਾਤਾ, ਇੰਨਾ ਖੁਸ਼ ਆ ਕਿ ਜਿੰਨਾ ਕਿਹੜਾ ਵਿਆਹ ਤੋਂ ਜ਼ਿਆਦਾ ਖੁਸ਼ੀ ਮੈਨੂੰ ਜੀ, ਲਾਭ ਦਿੰਦਾ ਜੀ, ਉਹ ਤੋਂ ਜ਼ਿਆਦਾ ਖੁਸ਼ੀ ਮਾਤਾ। ਸੋ ਖਾਲਸਾ ਜੀ, 14,000 ਰੁਪਏ ਦਾ ਜਿਹੜਾ ਰਿਕਸ਼ਾ ਪਾਰਕ ਹੈਗਾ, ਸੰਗਤ ਦੇ ਸਹਿਯੋਗ ਸਦਕਾ ਭਾਈ ਸਾਹਿਬ ਨੂੰ 14,500 ਦਾ ਜਿਹੜਾ ਨਵਾਂ ਰਿਕਸ਼ਾ ਉਹ ਲੈ ਕੇ ਦੇ ਦਿੱਤਾ ਗਿਆ ਹੈ। ਸੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ, ਮਾਲਕ ਇਹਨਾਂ ਦੇ ਉੱਤੇ ਦਿਆਲ ਹੋਏ ਨੇ। ਸੋ ਆਪ ਜੀ ਦੇ ਸਾਥ ਸਦਕਾ ਇੱਕ ਗਰੀਬ ਲੋੜਵੰਦ ਜਿਹੜੀ ਕਿਰਤ ਮਿਲੀ ਹੈ, ਇੱਕ ਲੰਗਰ ਦਾਨ ਨੂੰ ਕਈ ਗੁਣਾ ਵਧੀਆ ਇੱਕ ਵੀਰ ਨੂੰ ਸਦਾ ਦੀ ਜਿਹੜਾ ਲੰਗਰ ਦੇ ਦਿੱਤਾ ਗਿਆ। ਬਹੁਤ ਸਹੀ ਗੱਲ ਮਾਤਾ, ਬਹੁਤ ਬਹੁਤ ਧੰਨਵਾਦ ਮਾਤਾ ਜੀ, ਬਿਲਕੁਲ ਮੈਂ ਤੁਹਾਡਾ ਇੰਨਾ ਦੇਣੇ ਸੀ ਸਾਰੀ ਉਮਰ ਹੀ ਬੋਸਣਾ ਮਾਤਾ ਜੀ। ਸੋ ਖਾਲਸਾ ਜੀ, ਬਹੁਤ ਬਹੁਤ ਧੰਨਵਾਦ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਉਹਦਾ ਦਾ ਜੀ, ਉਹਦਾ ਜੀ, ਜਿਨ੍ਹਾਂ ਨੇ ਸਾਡੇ ਤੁਹਾਡੇ ਕਮਾਈਆਂ ਦੇ ਵਿੱਚ ਬਰਕਤਾਂ ਪਾਈਆਂ ਤੇ ਤੁਹਾਡੇ ਜ਼ਰੀਏ ਇਸ ਗਰੀਬ ਦੀ ਬਾਹ ਫੜੀ। ਮੈਂ ਫੜੀ ਸੋ ਫਿਰ ਤੋਂ ਇੱਕ ਵਾਰੀ ਧੰਨਵਾਦ, ਧੰਨ ਧੰਨ ਗੁਰੂ ਰਾਮਦਾਸ, ਧੰਨਵਾਦ ਗੁਰੂ ਰਾਮਦਾਸ, ਧੰਨਵਾਦ ਅਨੇਕਾ ਵਾਰ ਧੰਨਵਾਦ, ਤੁਹਾਡੇ ਸਾਥ ਸਦਕਾ ਇਸ ਗਰੀਬ ਦੀ ਬਾਹ ਫੜੀ ਗਈ ਤੇ ਤੁਸੀਂ ਇਸ ਗਰੀਬ ਦੀ ਬਾਹ ਫੜੀ ਹੈ। ਹਾਂਜੀ ਹਾਂਜੀ, ਖਾਲਸਾ ਜੀ ਦੀਆਂ ਇੱਕ ਬੇਨਤੀਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬਤ ਦਾ ਭਲਾ ਜਦੋਂ